ਅੱਜ ਅੰਮ੍ਰਿਤਸਰ ਪੁੱਜੇ ਸੁਖਬੀਰ ਬਾਦਲ ਨਵਜੋਤ ਸਿੰਘ ਸਿੱਧੂ ਤੇ ਤੰਜ ਕਸਦੇ ਹੋਏ ਨਜ਼ਰ ਆਏ। ਦਰਅਸਲ ਸੁਖਬੀਰ ਬਾਦਲ ਹਰਸਿਮਰਤ ਬਾਦਲ ਤੇ ਬਿਕਰਮ ਮਜੀਠੀਆ ਲੋਕ ਸਭਾ ਚੋਣਾਂ 'ਚ ਜਿੱਤਣ ਤੋਂ ਬਾਅਦ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜੇ ਹੋਏ ਸਨ, ਜਿੱਥੇ ਸੁਖਬੀਰ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਤੇ ਸ਼ਬਦੀ ਹਮਲੇ ਕਰਦੇ ਹੋਏ ਨਜ਼ਰ ਆਏ। ਕੀ ਕਹਿ ਗਏ ਸੁਖਬੀਰ ਬਾਦਲ, ਤੁਸੀਂ ਵੀ ਸੁਣੋ। ਉਹ ਤਾਂ ਪੱਗ ਦੇ ਪੱਗ ਬਠਿੰਡੇ ਵਾਸਤੇ ਵੀ ਕਰਦੇ ਸੀ, ਉਹ ਤਾਂ ਕਹਿੰਦੇ ਸੀ। ਨਵਜੋਤ ਸਿੰਘ ਖੁਦ ਲੋਕਲ ਪਾਰਟੀ ਮਿਨਿਸਟਰ ਹੈ ਔਰ ਸ਼ਹਿਰਾਂ ਦੇ ਵਿੱਚ ਕੋਈ ਕੰਮ ਨਹੀਂ ਹੋਇਆ, ਇਸ ਕਰਕੇ ਸ਼ਹਿਰਾਂ 'ਚੋਂ ਸਾਨੂੰ ਹੋਰ ਘੱਟ ਪਿਆ। ਮੈਂ ਉਹੀ ਕਹਿ ਰਿਹਾ ਕਿ ਕਿਉਂਕਿ ਤੁਸੀਂ ਆਪ ਹੀ ਦੇਖ ਲਓ ਅੰਮ੍ਰਿਤਸਰ ਸ਼ਹਿਰ ਦਾ ਹਾਲ। ਇੱਕੋ ਇੱਥੋਂ ਦਾ ਹੀ ਲੋਕਲ ਬਾਡੀ ਮਿਨਿਸਟਰ ਹੋਏ ਅਤੇ ਹਾਲ ਜਿਹੜੀ ਹਾਲਾਤ ਅੰਮ੍ਰਿਤਸਰ ਦੀ ਹੈ। ਸਿੱਧੂ, ਮੈਨੂੰ ਲੱਗਦਾ ਸਿੱਧੂ ਅਤੇ ਭਗਵੰਤ ਮਾਨ ਦੀ ਮਿਲੀ ਭੁਗਤ ਲੱਗਦੀ ਹੈ ਹੁਣ ਤਾਂ, ਮੈਨੂੰ ਲੱਗਦਾ ਇਕੱਠੇ ਹੋਣ ਲੱਗੇ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਅਕਸਰ ਹੀ ਇੱਕ ਦੂਜੇ ਖਿਲਾਫ ਕੋਈ ਨਾ ਕੋਈ ਬਿਆਨ ਦਿੰਦੇ ਰਹਿੰਦੇ ਨੇ, ਪਰ ਹੁਣ ਵਿਰੋਧੀ ਵੀ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਸਾਧ ਰਹੇ ਨੇ। ਅੰਮ੍ਰਿਤਸਰ ਤੋਂ ਜੋਤੀ ਬਹਿਲ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਸਾਰੀ ਸਾਰੀ ਰਾਤ ਕਿਣਾ ਮੈਂ।